ਲਾਹੌਰ ਦੀ ਹਵਾ ਵਿੱਚ ਪਿਛਲੇ 2-3 ਮਹੀਨਿਆਂ ਤੋਂ ਜ਼ਹਿਰ ਫੈਲਿਆ ਹੈ, ਲੇਕਿਨ ਲਾਹੌਰੀਆਂ ਨੂੰ ਕੋਈ ਖਾਸ ਪਰਵਾਹ ਨਹੀਂ। ਲਾਹੌਰ ਬਚਪਨ ਤੋਂ ਵੇਖਿਆ ਹੈ, ਦਰਿਆ ਰਾਵੀ ਵਿੱਚ ਤਾਰੀ ਵੀ ਲਾਈ ਹੈ, ਦਾਤਾ ਦਰਬਾਰ ਦੇ ਲੰਗਰ ਤੇ ਦੁੱਧ ਵੀ ਪੀਤਾ ਹੈ, ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਬਸ ਇੰਨਾ ਹੀ ਜਾਣਾ ਹੁੰਦਾ ਸੀ ਵੀ ਏਅਰਪੋਰਟ ਤੋਂ ਉਤਰੇ ਤੇ ਸਿੱਧੇ ਪਿੰਡ ਤੁਰ ਗਏ। ਇਸ ਦਫ਼ਾ 10 ਦਿਨ ਦਾ ਪਲਾਨ ਸੀ, ਛੋਟਾ ਪੁੱਤਰ ਵੀ ਨਾਲ ਸੀ। ਮੈਂ ਸੋਚਿਆ ਵੀ ਮੁੰਡਿਆਂ ਨੂੰ ਰੱਜ ਕੇ ਲਾਹੌਰ ਵਿਖਾਵਾਂਗੇ, ਬਾਦਸ਼ਾਹੀ ਮਸਜਿਦ, ਸ਼ਾਲਾਮਾਰ ਬਾਗ, ਲਾਹੌਰ ਵਿੱਚ ਵੱਡੇ ਵੱਡੇ ਪਾਰਕ ਨੇ, ਉੱਥੇ ਖੇਡਾਂਗੇ। ਏਅਰਪੋਰਟ ਤੋਂ ਨਿਕਲੇ ਤੇ ਹਵਾ ਕੌੜੀ ਜਿਹੀ ਲੱਗੀ, ਸਾਹ ਲੈਣਾ ਔਖਾ, ਇੰਝ ਲੱਗੇ ਜਿਵੇਂ ਗਲੇ ਦੇ ਅੰਦਰ ਕੋਈ ਉਸਤਰੇ ਜਿਹੇ ਫਿਰ ਰਹੇ ਹੋਣ। ਟੈਕਸੀ ਵਾਲੇ ਨੂੰ ਪੁੱਛਿਆ ਵੀ ਇਹ ਕੀ ਮਾਹੌਲ ਹੈ, ਕਹਿੰਦਾ ਧੁੰਦ ਛਾਈ ਹੈ। ਲਾਹੌਰ ਦੀ ਧੁੰਦ ਅਸੀਂ ਵੀ ਵੇਖੀ ਹੈ, ਉੱਥੇ ਸੋਹਣੀ ਹੁੰਦੀ ਸੀ। ਉਸ ਧੁੰਦ ਵਿੱਚ ਸ਼ਹਿਰ ਬਲੈਕ ਐਂਡ ਵਾਈਟ ਫਿਲਮ ਵਾਂਗਰ ਜਾਪਦਾ ਸੀ। ਉਸ ਧੁੰਦ ਵਿੱਚ ਤਾਂ ਅਸੀਂ ਲੁਕਣ ਲੁਕਾਈ ਵੀ ਖੇਡ ਲੈਂਦੇ ਸਾਂ। ਇਹ ਤਾਂ ਇੰਝ ਲੱਗੇ ਜਿਵੇਂ ਲਾਹੌਰ 'ਤੇ ਕੋਈ ਕੈਮੀਕਲ ਬੰਬ ਸੁੱਟ ਗਿਆ ਹੋਵੇ। ਲਾਹੌਰ ਦੇ 2500 ਰੌਲਾ ਪਾਉਂਦੇ ਰਹਿੰਦੇ ਨੇ ਵੀ ਇਹ ਪੋਲਿਊਸ਼ਨ ਜੇ, ਇਹ ਸਮੋਗ ਜੇ, ਇਹ ਬੜਾ ਖਤਰਨਾਕ ਹੈ। ਹਕੂਮਤ ਨੂੰ ਕੋਈ ਫਿਕਰ ਨਹੀਂ ਅਤੇ ਇਹਨਾਂ ਯਾਰਾਂ ਨੇ ਆਪਣੇ ਹੀ ਮੀਟਰ ਲਾਏ ਨੇ ਅਤੇ ਇਹ ਮੀਟਰ ਦੱਸਦੇ ਨੇ ਵੀ ਜਿੰਨਾ ਕੁ ਹਵਾ 'ਚ ਜ਼ਹਿਰ ਹੋਣਾ ਚਾਹੀਦਾ ਹੈ ਇਹ ਉਹਦੇ ਤੋਂ 2 ਗੁਣਾ ਨਹੀਂ, 10 ਗੁਣਾ ਨਹੀਂ, 20 ਗੁਣਾ ਜ਼ਿਆਦਾ ਹੈ। ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਨੇ ਆਪਣੇ ਕਮਰਿਆਂ ਵਿੱਚ ਹਵਾ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਾਈਆਂ ਨੇ। ਮੈਨੂੰ ਇੱਕ ਯਾਰ ਨੇ ਆਖਿਆ ਵੀ ਬੱਚੇ ਨੂੰ ਬਾਹਰ ਲੈ ਕੇ ਜਾਣਾ ਹੋਵੇ ਤਾਂ ਪਹਿਲੇ ਮਾਸਕ ਜ਼ਰੂਰ ਪਵਾ ਲੈਣਾ। ਬਾਹਰ ਕੀ ਜਾਣਾ ਸੀ, 10 ਦਿਨ ਰਿਹਾ, ਕਿਸੇ ਪਾਰਕ ਦੀ ਸ਼ਕਲ ਵੀ ਨਹੀਂ ਵੇਖੀ, ਕਿਉਂਕਿ ਜੇ ਬਾਹਰ ਨਿਕਲੋ ਤਾਂ ਹਰ ਪਾਸੇ ਟ੍ਰੈਫਿਕ ਜਾਮ। ਲਾਹੌਰ ਦੀਆਂ ਸੜਕਾਂ ਬਹੁਤ ਚੌੜੀਆਂ ਕਰ ਦਿੱਤੀਆਂ ਗਈਆਂ ਨੇ, ਓਵਰ ਹੈੱਡ ਬ੍ਰਿਜ ਦੇ ਉੱਤੇ ਓਵਰ ਹੈੱਡ ਬ੍ਰਿਜ ਚੜਿਆ ਹੈ, ਲੇਕਿਨ ਗੱਡੀਆਂ ਇੰਨੀਆਂ ਨੇ ਵੀ ਟ੍ਰੈਫਿਕ ਹਿਲ ਕੇ ਨਹੀਂ ਦਿੰਦੀ। ਇੰਝ ਜਾਪੇ ਜਿਵੇਂ ਪੂਰਾ ਲਾਹੌਰ ਖਲੋਤੀ ਗੱਡੀਆਂ ਦੇ ਐਕਸਲਰੇਟਰ ਨੱਪੀ ਜਾ ਰਿਹਾ ਹੈ, ਹਵਾ ਵਿੱਚ ਹੋਰ ਜ਼ਹਿਰ ਸੁੱਟੀ ਜਾ ਰਿਹਾ ਹੈ ਅਤੇ ਫਿਰ ਉਹ ਹੀ ਹਵਾ ਫੱਕੀ ਜਾ ਰਿਹਾ। ਹਵਾ ਨਾਲ ਹੀ ਨਹੀਂ, ਪਾਣੀ ਨਾਲ ਵੀ ਅਸੀਂ ਇਹੀ ਅਸਰ ਕੀਤਾ। ਪਿਛਲੇ ਸਾਲ ਇੱਕ ਜਵਾਨ ਨੂੰ ਆਖਿਆ ਵੀ ਬੜੇ ਅਰਸੇ ਤੋਂ ਦਰਿਆ ਰਾਵੀ ਨਹੀਂ ਵੇਖਿਆ, ਮੈਨੂੰ ਰਾਵੀ ਵਿਖਾਓ। ਲੈ ਗਿਆ, ਕੋਲ ਆਪਣੇ ਬੋਝ ਹੀ ਆਉਣੀ ਸ਼ੁਰੂ ਹੋ ਗਈ। ਮੈਂ ਕਿਹਾ ਵੀ ਇਹ ਕੀ ਹੈ, ਕਹਿੰਦਾ ਆਪੇ ਹੀ ਵੇਖ ਲੈਣਾ। ਆਪਣੇ ਅਤੇ ਦਰਿਆ ਦੀ ਜਗ੍ਹਾ 'ਤੇ ਇੱਕ ਪਤਲਾ ਜਿਹਾ ਗੰਦਾ ਜਿਹਾ ਨਾਲਾ ਸੀ, ਇਹ ਉਹੀ ਰਾਵੀ ਹੈ ਜਿਹੜਾ ਅੱਧੇ ਪੰਜਾਬ ਨੂੰ ਪਾਣੀ ਦਿੰਦਾ ਸੀ। ਹੁਣ ਅਸੀਂ ਏਡੀ ਤਰੱਕੀ ਕਰ ਰਹੇ ਹਾਂ ਵੀ ਹਰ ਬੰਦਾ ਗੱਡੀ ਲਈ ਫਿਰਦਾ, ਨਾਲ ਹੀ ਅਸੀਂ ਦਰਿਆਵਾਂ ਨੂੰ ਗੰਦੇ ਨਾਲੇ ਬਣਾ ਛੱਡਿਆ ਅਤੇ ਹਵਾ ਵਿੱਚ ਜ਼ਹਿਰ ਘੋਲ ਦਿੱਤਾ। ਇੱਕ ਦਿਨ ਹਿੰਮਤ ਕਰਕੇ ਬੱਚੇ ਨੂੰ ਲਾਹੌਰ ਦੇ ਚਿੜੀਆ ਘਰ ਲੈ ਗਿਆ। ਉੱਥੇ ਬੱਬਰ ਸ਼ੇਰ ਅਤੇ ਬਾਂਦਰ ਅਤੇ ਦੂਸਰੇ ਜਾਨਵਰ ਲੱਤਾਂ ਉੱਚੀਆਂ ਕਰਕੇ ਬਹਿ ਹੋਏ ਸਨ ਅਤੇ ਲੱਗਦਾ ਸੀ ਇਨਸਾਨਾਂ ਨੂੰ ਇਹ ਕਹਿ ਰਹੇ ਹੋਣ ਵੀ ਠੀਕ ਹੈ ਲਾਹੌਰ ਲਾਹੌਰ ਹੈ, ਤੁਸੀਂ ਸਾਨੂੰ ਜੰਗਲਾਂ 'ਚ ਲਿਆ ਕੇ ਇੱਥੇ ਕੈਦ ਕਰ ਛੱਡਿਆ, ਹੁਣ ਸਾਹ 'ਤੇ ਲੈਣ ਦਿਓ, ਰੱਬ ਰਾਖਾ।